ਪੰਜਾਬ ਦੇ ਲੋਕੋ, ਤੁਸੀਂ ਲਾਈ ਜਾਓ ਲੰਗਰ, ਤੁਸੀਂ ਲਾਈ ਜਾਓ ਛਪੀਲਾ, ਤੁਸੀਂ ਕੱਢੀ ਜਾਓ ਨਗਰ ਕੀਰਤਨ। ਆਹ ਪੰਜਾਬ ਦਾ ਇੱਕ ਪਿੰਡ ਦੇਖੋ, ਇਹ ਪੰਜਾਬ ਦਾ ਇੱਕ ਪਿੰਡ ਆ ਜਿੱਥੇ ਪਾਣੀ ਖਤਮ ਹੋ ਗਿਆ। ਪਿੰਡ ਵਾਲੇ ਆਪਣੀਆਂ ਕੋਠੀਆਂ ਵੇਚ ਕੇ, ਆਪਣੇ ਘਰ ਵੇਚ ਕੇ ਪਿੰਡ ਦੇ ਵਿੱਚੋਂ ਪਲਾਇਨ ਕਰ ਰਹੇ ਨੇ। ਕਹਿੰਦੇ ਸਾਨੂੰ ਪਸ਼ੂਆਂ ਨੂੰ ਪੀਣ ਲਈ ਪਾਣੀ ਨਹੀਂ ਮਿਲ ਰਿਹਾ, ਸਾਨੂੰ ਪਾਣੀ ਦੀ ਇੰਨੀ ਤੋਟ ਆ ਰਹੀ ਆ। ਜੋ ਸਾਡਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਸਾਡਾ ਪਿਓ ਖਤਮ ਹੋ ਰਿਹਾ, ਪਰ ਜਿਨ੍ਹਾਂ ਦੇ ਕਹਿੰਦੇ ਸਿੱਖਾਂ ਦਾ ਮਨ ਨੀਵਾਂ ਤੇ ਮੱਤ ਉੱਚੀ, ਉਹ ਸੁੱਤੇ ਪਏ ਨੇ। ਸ਼ੇਰਾਂ ਦੀ ਕੌਮ ਪੰਜਾਬੀ, ਆਲਸੀਆਂ ਦੀ ਕੌਮ ਪੰਜਾਬੀ ਹੋ ਗਈ ਆ। ਪੰਜਾਬ ਦੇ ਮੱਧ ਵਰਗੀ ਲੋਕ, ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਦੇ ਬੱਚੇ ਤੇ ਨੌਜਵਾਨੀ ਪੀੜ੍ਹੀ ਪਾਣੀ ਨੂੰ ਤਰਸੂਗੀ। ਉਹ ਪੰਜਾਬ ਦੇ ਲੋਕੋ, ਰਾਜਸਥਾਨ ਦੇ ਲੋਕ ਤਾਂ ਜੰਮੇ ਹੀ ਸੋਕੇ ਦੇ ਵਿੱਚ ਸੀਗੇ, ਅਸੀਂ ਤਾਂ ਸੋਕਾ ਦੇਖਿਆ ਹੀ ਨਹੀਂ ਹੈਗਾ। ਜਦੋਂ ਕਿਸਾਨ ਦੀ ਜਿੰਦ ਜਾਨ ਆ ਜ਼ਮੀਨ, ਜ਼ਮੀਨ ਦੀ ਵੈਲਿਊ ਹੈਗੀ ਆ ਪਾਣੀ ਦੇ ਨਾਲ, ਤੇ ਜਦ ਪਾਣੀ ਉਹ ਸਾਡਾ ਖਤਮ ਹੋ ਜਾਣਾ ਵਾ। ਜਿਹੜੀ 85% ਕਿਸਾਨੀ ਮੱਧ ਵਰਗੀ ਆ, ਜੇ ਉਹ ਕੋਈ ਚਰੀ ਬੀਜਦਾ, ਕੋਈ ਬਰਸੀਮ ਬੀਜਦਾ, ਕੋਈ ਡੈਰੀ ਫਾਰਮ ਦਾ ਧੰਦਾ ਕਰਦਾ, ਕੋਈ ਸਬਜ਼ੀਆਂ ਬੀਜਦਾ, ਕੋਈ ਫਲ ਫਰੂਟ ਬੀਜਦਾ, ਜਿਹੜੇ ਆਪਣਾ ਪਾਲਣ ਪੋਸ਼ਣ ਕਰਦੇ ਨੇ, ਜਦੋਂ ਪਾਣੀ ਉਹ ਨਹੀਂ ਰਿਹਾ ਤਾਂ ਬਾਈ ਜੀ 85% ਕਿਸਾਨਾਂ ਦੀ ਆਤਮ ਹੱਤਿਆ ਵੀ ਵਧਣਗੀਆਂ। ਤੇ ਸਾਨੂੰ ਨੌਕਰੀਆਂ ਮਿਲਦੀਆਂ ਨੀ, ਫੈਕਟਰੀਆਂ ਦੇ ਵਿੱਚ ਭਈਏ ਨੇ ਕਬਜ਼ੇ ਕਰ ਲਏ, ਜਦੋਂ ਪਾਣੀ ਉਹ ਨਹੀਂ ਰਿਹਾ। ਫਿਰ ਦੱਸੋ ਕਿਸਾਨ ਜਿਹੜੇ ਹੁਣ ਚੁੱਪ ਕਰਕੇ ਬੈਠੇ ਨੇ, ਆਪਣੇ ਪਿਓ ਪਾਣੀ ਨੂੰ ਬਚਾਉਣ ਲਈ ਕੁਛ ਕਰਦੇ ਨਹੀਂ ਹੈਗੇ, ਉਹ ਬਰਗਰਾਂ ਦੀਆਂ ਰੇਹੜੀਆਂ ਲਾਉਣਗੇ, ਆਂਡਿਆਂ ਦੀਆਂ ਰੇਹੜੀਆਂ ਲਾਉਣਗੇ, ਰਿਕਸ਼ੇ ਚਲਾਉਣਗੇ, ਜਾਂ ਸਾਊਦੀ ਅਰਬ ਕੁਵੈਤ ਦੇ ਵਿੱਚ ਜਾ ਕੇ 20-25 ਹਜ਼ਾਰ ਰੁਪਏ ਤੇ ਨੌਕਰੀਆਂ ਕਰਨਗੇ। ਆ ਡੱਲੇ ਵਾਲੇ ਸਾਹਿਬ ਨੇ ਤਾਂ ਉੱਥੇ ਧਰਨਾ ਲਾ ਲਿਆ, ਜਿਨ੍ਹਾਂ ਦਾ ਅੰਮ੍ਰਿਤ ਛਕਿਆ ਹੋਇਆ ਵਾ, ਮੁੱਛਾਂ ਤੇ ਨਿੰਬੂ ਟਕਾਉਂਦਾ, ਗਾਤਰਾ ਉੱਪਰ ਚ ਪਾ ਕੇ ਰੱਖਦਾ। ਕਿਹੜਾ ਧਰਨਾ ਲਾਇਆ ਪਟਿਆਲੇ ਦੇ ਵਿੱਚ, ਜਿਹੜਾ ਪੁਲਿਸ ਨੇ ਚੱਕਿਆ ਵੀ ਕੇਂਦਰੀ ਮੰਗਾਂ ਵਾਸਤੇ, ਵੀ ਅਸੀਂ ਟਿਊਬਲ ਹੋਰ ਪਾਸੇ ਲਾ, ਸਾਨੂੰ ਲੱਗਣੇ ਚਾਹੀਦੇ ਨੇ, ਤੇ ਜਿਹੜੇ ਮੀਟਰ, ਜਿਹੜੇ ਚਿੱਪ ਵਾਲੇ ਸੀ, ਮੀਟਰ ਨਹੀਂ ਲੱਗਣੇ ਦੇਣੇ ਚਾਹੀਦੇ। ਜਿਹੜੇ ਕਿਸਾਨਾਂ ਦੇ ਭਵਿੱਖ ਨਾਲ ਜੁੜਿਆ ਹੋਇਆ ਪਾਣੀ, ਉਹਦੇ ਵਾਸਤੇ ਪਿਓ ਦੇ ਪੁੱਤ ਨੇ ਕਦੇ ਧਰਨਾ ਨਹੀਂ ਲਾਇਆ। ਡੱਲੇ ਵਾਲ ਉਹੀ ਆ, ਡੱਲੇ ਵਾਲ ਜਿਹੜਾ ਕਿ ਖਸਖਸ ਦੀ ਖੇਤੀ ਦਾ ਵਿਰੋਧੀ ਆ, ਤੇ ਦਿੱਲੀ ਜਦੋਂ ਧਰਨੇ ਚੱਲਦੇ ਸੀ, ਖਸਖਸ ਦੀ ਖੇਤੀ ਵਾਲਿਆਂ ਨੂੰ ਆਪਣੀ ਸਟੇਜ ਤੇ ਬੋਲਣ ਨਹੀਂ ਸੀ ਦਿੰਦਾ, ਜਦਕਿ ਜਿਹੜੀ ਮਰ ਰਹੀ ਕਿਸਾਨੀ ਆ ਉਹਨੂੰ ਖਸਖਸ ਦੀ ਖੇਤੀ ਪੈਰਾਂ ਤੇ ਖੜਾ ਕਰ ਸਕਦੀ ਆ। ਆਪ ਸਾਡੇ ਬਜ਼ੁਰਗ ਕਿਸਾਨ ਲੀਡਰਾਂ ਨੇ ਵਿਆਹ ਕਰਾ ਲਏ, ਬੱਚੇ ਪੈਦਾ ਕਰ ਲਏ, ਜ਼ਿੰਦਗੀ ਦਾ ਆਨੰਦ ਲੈ ਲਿਆ, ਆਪਣੇ ਬੱਚੇ ਬਾਹਰ ਵੀ ਭੇਜਤੇ, ਤੇ ਹੁਣ ਇਹ ਪੰਜਾਬ ਨੂੰ ਬੰਜਰ ਬਣਾ ਕੇ ਮਰਨਗੇ ਸਾਡੇ ਬਜ਼ੁਰਗ ਕਿਸਾਨ ਲੀਡਰ। ਇਹ ਪਰਮਾਤਮਾ ਕਿਰਪਾ ਕਰੇ, ਜਿਹੜੇ ਬੰਜਰ, ਜਿਹੜੇ ਸਾਡੇ ਕਿਸਾਨ ਲੀਡਰ ਨੇ, ਇਹਨਾਂ ਨੂੰ ਆਪਣੇ ਚਰਨਾਂ ਚ ਨਵਾਜ਼ ਬਖਸ਼। ਜੇ ਹੋਰ ਦੇਰ ਰਹਿ ਗਏ ਤਾਂ ਇਹਨਾਂ ਨੇ ਪੰਜਾਬ ਨੂੰ ਬੰਜਰ ਬਣਾ ਕੇ ਮਰ ਜਾਣਾ ਵਾ, ਤੇ ਆਪਣੇ ਬੱਚੇ ਇਹਨਾਂ ਨੇ ਬਾਹਰ ਸੈੱਟ ਕਰਤੇ, ਤੇ ਸਿੱਖਾਂ ਦਾ ਮਨ ਨੀਵਾਂ ਤੇ ਮੱਤ ਉੱਚੀ। ਅਸੀਂ ਕਿੱਧਰ ਲੱਗੇ ਹੋਏ ਆ, ਛਪੀਲਾ ਲਾ ਲਓ, ਲੰਗਰ ਲਾ ਲਓ, ਕਿੰਨੇ ਗੁਰਦੁਆਰਿਆਂ ਦੇ ਵਿੱਚ ਅਸੀਂ ਰੋਜ਼ ਮੱਥਾ ਟੇਕਣ ਜਾਂਦੇ ਹਾਂ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਰਿਭਾਸ਼ਾ ਵਾ ਉਹਦੇ ਤੇ ਕਦੇ ਅਸੀਂ ਪ੍ਰਚਾਰ ਕਰਦੇ ਹਾਂ? ਕਦੇ ਕਿਸਾਨ ਲੀਡਰਾਂ ਨੇ ਕਿਹਾ ਵੀ ਜੇ ਸਾਡੇ 10 ਮੁੰਡੇ ਰੋਜ਼ ਚਿੱਟੇ ਦੇ ਨਾਲ ਮਰ ਰਹੇ ਨੇ, ਸਾਡਾ ਪਿਓ ਪਾਣੀ ਖਤਮ ਹੋ ਰਿਹਾ ਵਾ, ਅਸੀਂ ਕਦੇ ਚੰਡੀਗੜ੍ਹ ਵੀ ਪਾਣੀ ਨੂੰ ਬਚਾਉਣ ਲਈ ਧਰਨੇ ਲਾ ਲਈਏ, ਅਸੀਂ ਆਪਣੇ ਪਿਓ ਨੂੰ ਬਚਾਉਣ ਲਈ ਧਰਨੇ ਲਾ ਲਈਏ? ਪੰਜਾਬੀਓ, ਰੱਬ ਦਾ ਵਾਸਤਾ ਵੀਰਿਓ, ਇਹ ਗੁਰੂਆਂ ਪੀਰ ਪੈਗੰਬਰਾਂ ਦੀ ਧਰਤੀ ਨੀ, ਪੰਜਾਬ ਨੇ ਬੰਜਰ ਹੋ ਜਾਣਾ ਵੀਰਿਓ। ਜਦ ਕੋਈ ਔਰਤ ਮਰਦ ਔਰਤ ਬਾਜ ਹੁੰਦੀ ਆ ਪੰਜਾਬੀਓ, ਜਦ ਕੋਈ ਔਰਤ ਬਾਜ ਹੁੰਦੀ ਆ ਤਾਂ ਉਹਨੂੰ ਸਮਾਜ ਤਾਨੇ ਮਾਰਦਾ, ਉਹਨੂੰ ਮਿਹਣੇ ਮਾਰਦਾ, ਸਾਡੇ ਤਾਂ ਪੂਰੇ ਪੰਜਾਬ ਨੇ ਬੰਜਰ ਹੋ ਜਾਣਾ ਵਾ। ਆ ਜਿਹੜੀ 20 ਰੁਪਏ ਦੀ ਬਿਸਲੇਰੀ ਦੀ ਬੋਤਲ ਆ, 2030 ਤੋਂ ਬਾਅਦ 500 ਰੁਪਏ ਦੀ ਹੋ ਜਾਣੀ ਆ।
ਕਿਉਂ ਨੀ ਅਸੀਂ ਝੋਨੇ ਦਾ ਬਾਈਕਾਟ ਕਰਦੇ? ਹਰੇਕ ਸਾਲ ਪੰਜਾਬ ਦੇ ਵਿਚ ਇੱਕ ਝੋਨੇ ਦੀ ਨਕਲੀ ਝੀਲ ਬਣਦੀ ਆ, ਜਿਹਦੇ ਵਿਚ ਨਾ ਕੋਈ ਮੱਛੀ ਪਲਦੀ ਆ, ਨਾ ਕੋਈ ਜੀਵ ਜੰਤੂ ਪਲਦਾ, ਸਿਰਫ ਝੋਨੇ ਨੂੰ ਉਗਾ ਕੇ ਸੁੱਕ ਜਾਂਦੀ ਆ। 20 ਰੁਪਏ ਕਿਲੋ ਜੀਰੀ ਦੀ ਵੀ 20 ਰੁਪਏ ਕਿਲੋ ਜੀਰੀ ਵਿਕਦੀ ਆ, ਤੇ ਅਸੀਂ 5,500 ਲੀਟਰ ਪਾਣੀ ਖਰਾਬ ਕਰ ਦਿੰਦੇ ਆ, ਜਾਣੀ ਕਿ 5,500 ਲੀਟਰ ਬਿਸਲੈਰੀ ਦੀ ਬੋਤਲ। ਕਿਉਂ ਨੀ ਅਸੀਂ ਖਸਖਸ ਦੀ ਖੇਤੀ ਦੀ ਮੰਗ ਕਰਦੇ ਹੈਗੇ? ਅੱਜ ਬਾਜਰਾ ਕੋਤਰਾ ਚੱਕੀਆਂ ਦੇ ਵਿੱਚ ਕਿੰਨਾ ਮਹਿੰਗਾ ਵਿਕਦਾ ਵਾ, ਕਿਉਂਕਿ ਪਿੰਡਾਂ ਵਾਲੇ ਤੇ ਸ਼ਹਿਰਾਂ ਵਾਲੇ ਹੁਣ ਮਿਕਸ ਆਟਾ ਖਾਣ ਲੱਗ ਗਏ। ਕਿਉਂ ਕਿਸਾਨ ਜਥੇਬੰਦੀਆਂ ਵਾਲੇ ਐਲਾਨ ਨਹੀਂ ਕਰਦੇ ਵੀ ਅਸੀਂ ਰੇਹਾਂ ਸਪਰੇਆਂ ਨਹੀਂ ਆਪਣੇ ਫਸਲਾਂ ਦੇ ਵਿੱਚ ਪਾਵਾਂਗੇ? ਹੁਣ ਇੱਕ ਰਿਪੋਰਟ ਆਈ ਆ, ਜਿਹੜੀ ਸਾਡੀ ਨੌਜਵਾਨੀ ਆ, ਨੌਜਵਾਨੀ ਦੇ 25% ਨੌਜਵਾਨੀ ਜੋ ਕੋਈ ਨਸ਼ੇ ਨਹੀਂ ਕਰਦੀ, ਉਹਨਾਂ ਦੇ ਬੀਜ ਦੇ ਸ਼ਕਰਾਣੂ ਮਰ ਜਾ ਰਹੇ ਨੇ, ਨਮਰਦ ਹੋ ਰਹੇ ਨੇ। ਕਿਉਂ? ਕਿਉਂਕਿ ਮਾਂ ਦੇ ਪੇਟ ਦੇ ਵਿੱਚ ਅਸੀਂ ਯੂਰੀਆ ਖਾਣ ਲੱਗ ਜਾਂਦਾ ਬੱਚਾ। ਅੱਜ ਹਰ ਘਰ ਦੇ ਵਿੱਚ ਮਰੀਜ਼ ਪੈਦਾ ਹੋ ਗਿਆ, ਕੈਂਸਰ, ਕਾਲਾ ਪੀਲੀਆ, ਚੁੱਕਰ ਹਰੇਕ ਘਰ ਚ ਵੜ ਗਿਆ, 3ਰੀ ਜਨਾਨੀ ਦੀ ਬੱਚੇਦਾਨੀ ਨਿਕਲੀ ਹੋਈ ਆ। ਤੁਸੀਂ ਇਹ ਦੇਖੋ, ਸਰਵਾਈਕਲ ਥਾਇਰਾਇਡ ਹਰੇਕ ਨੂੰ ਹੋਈ ਜਾਂਦਾ ਵਾ। ਕਿਉਂ? ਕਿਉਂਕਿ ਅਸੀਂ 3 ਟਾਈਮ ਰੋਟੀ ਦੇ ਵਿੱਚ ਯੂਰੀਆ ਖਾਂਦੇ ਆ। ਕਦੇ ਕਿਸਾਨ ਲੀਡਰ ਮੇਰੇ ਨੇ ਹੁਣ ਉਹ ਸ਼ਰਾਬ ਫੈਕਟਰੀ ਦਾ ਵਿਰੋਧ ਹੋ ਰਿਹਾ ਵਾ ਵੀ ਉਹ ਸਾਡੇ ਪਾਣੀ ਨੂੰ ਖਰਾਬ ਕਰ ਰਹੀ ਆ, ਇੱਥੇ ਜ਼ਹਿਰ ਫੈਲਾ ਰਹੀ ਆ। ਬਾਈ ਜੀ, ਜਿਹੜੇ ਹਰ ਪੰਜਾਬ ਦੇ 12,800 ਪਿੰਡਾਂ ਦੇ ਵਿੱਚ ਕਿੱਥੇ ਨੀ ਅਸੀਂ ਯੂਰੀਆ ਪਾਉਂਦੇ ਹੈਗੇ, ਕਿਉਂ ਨੀ ਅਸੀਂ ਉਹਨੂੰ ਰੋਕਦੇ ਹੈਗੇ? ਕਿਉਂ ਅਸੀਂ ਆਪਣੇ ਪਿਓ ਪਾਣੀ ਨੂੰ ਬਚਾਉਣ ਲਈ ਕੁਛ ਕਾਰਜ ਨਹੀਂ ਕਰਦੇ? ਬਾਈ ਜੀ, ਵੱਧ ਤੋਂ ਵੱਧ 4-5 ਸਾਲ ਹੋਰ ਝੋਨਾ ਲਾ ਲਾਂਗੇ ਨਾ, ਉਸ ਤੋਂ ਬਾਅਦ ਬਾਈ ਜੀ ਕੀ ਕਰਾਂਗੇ? ਇਹ ਵੀ ਦੱਸ ਦੋ, 7-8 ਸਾਲ ਬਾਅਦ ਤਾਂ ਬੰਜਰ ਹੋ ਜਾਣਾ ਪੰਜਾਬ ਨੇ, ਕਈ ਇਲਾਕੇ ਡਾਰਕ ਜੂਨ ਦੇ ਵਿੱਚ ਆ ਗਏ। ਕਦੋਂ ਅਸੀਂ ਆਪਣੇ ਪਿਓ ਪਾਣੀ ਨੂੰ ਬਚਾਉਣ ਲਈ ਕਦੇ ਧਰਨੇ ਲਾਵਾਂਗੇ? ਕਦੋਂ ਅਸੀਂ ਆਪਣੀਆਂ ਨਸਲਾਂ ਨੂੰ ਬਚਾਉਣ ਲਈ ਕਦੇ ਧਰਨੇ ਲਾਵਾਂਗੇ? ਮੈਂ ਕਹਿੰਦਾ ਬਜ਼ੁਰਗ ਕਿਸਾਨ ਲੀਡਰ ਜਲਦੀ ਇਸ ਦੁਨੀਆ ਤੋਂ ਜਾਣ, ਇਹਨਾਂ ਦੀ ਜਗ੍ਹਾ ਕੋਈ ਪੜ੍ਹਿਆ ਲਿਖਿਆ ਕਿਸਾਨ ਆਗੂ ਆਵੇ ਜਿਹੜਾ ਕਿ ਨਸਲਾਂ ਬਾਰੇ ਵੀ ਸੋਚੇ, ਕਿਸਾਨ ਦੇ ਆਉਣ ਵਾਲੀ ਪੀੜ੍ਹੀ ਬਾਰੇ ਵੀ ਸੋਚੇ, ਤਾਂ ਕਰਕੇ ਸਾਡਾ ਪੰਜਾਬ ਬਚ ਸਕਦਾ ਵਾ। ਨਹੀਂ ਆ ਪਿੰਡ ਦੇਖ ਲਓ ਵੀਰਿਓ, ਇਹ ਬੰਜਰ ਹੋ ਗਿਆ ਪਿੰਡ, ਲੋਕ ਪਿੰਡ ਦੇ ਲੋਕ ਉੱਥੋਂ ਨੂੰ ਛੱਡ ਕੇ ਜਾ ਰਹੇ ਨੇ, ਆਪਣੀਆਂ ਕੋਠੀਆਂ ਵੇਚ ਕੇ, ਆਪਣੇ ਮਕਾਨ ਵੇਚ ਕੇ। ਸਾਰੇ ਪੰਜਾਬ ਦਾ ਹਾਲਾਤ ਇਹੀ ਹੋਣਾ ਵਾ। ਅਸੀਂ ਕਿਉਂ ਨੀ ਫੈਕਟਰੀਆਂ ਦੇ ਵਿੱਚ, ਹਸਪਤਾਲਾਂ ਦੇ ਵਿੱਚ, ਢਾਬਿਆਂ ਦੇ ਵਿੱਚ, ਡੈਰੀਆਂ ਦੇ ਵਿੱਚ ਹੁੰਦੀ ਪਾਣੀ ਦੀ ਬਰਬਾਦੀ ਨੂੰ ਰੋਕਦੇ? ਕਿਉਂ ਨੀ ਇੱਕ ਪੰਜਾਬ ਦੇ ਵਿੱਚ ਲੋਕ ਰੋਹ ਬਣਾਉਂਦੇ ਵੀ ਪੰਜਾਬ ਦੇ ਲੋਕ ਪਾਣੀ ਤੇ ਜਵਾਨੀ ਨੂੰ ਬਚਾਉਣ ਲਈ ਇੱਕ ਸੜਕਾਂ ਤੇ ਉਤਰਨ? ਕਿਉਂ ਕਿਸਾਨ ਲੀਡਰ ਐਲਾਨ ਨਹੀਂ ਕਰਦੇ ਹੈਗੇ ਵੀ ਅਸੀਂ ਝੋਨੇ ਦਾ ਬਾਈਕਾਟ ਕਰਾਂਗੇ, ਹੋਰ ਬਦਲਾਂ ਤੇ MSP ਲਵਾਂਗੇ, ਆਪਣੀਆਂ ਨਸਲਾਂ ਬਚਾਵਾਂਗੇ? ਤੇ ਕਰਕੇ ਪੰਜਾਬੀਓ ਉੱਠੋ, ਨਹੀਂ ਤੁਹਾਨੂੰ ਆਉਣ ਵਾਲੀਆਂ ਪੀੜ੍ਹੀਆਂ ਮਾਫ਼ ਨਹੀਂ ਕਰਨਗੀਆਂ, ਤੁਹਾਡੇ 76 ਮਾਰਨਗੀਆਂ।